ਗੁੱਡ ਮਾਰਨਿੰਗ एवरीवन ਮੇਰਾ ਨਾਮ ਜਤਿਨ ਬਾਂਸਲੇ ਅੱਜ ਮੈਂ ਤੁਹਾਡੇ ਲਈ ਕੰਪਿਊਟਰ ਮੈਮਰੀ ਦਾ ਪਾਰਟ 3 ਲੈ ਕੇ ਆਇਆ ਜਿਸ ਦੇ ਵਿੱਚ ਆਪਾਂ 50 ਕੁਐਸਚਨ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਆਪਣੇ ਜਿਹੜੇ ਦੋ ਪਾਰਟਸ ਨੇ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਜੇਕਰ ਤੁਸੀਂ ਚੈਨਲ ਤੇ ਬਿਲਕੁਲ ਨਿਊ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆ ਸਕਣ ਮੈਂ ਜੋ ਵੀ ਨਿਊ ਵੀਡੀਓਜ਼ ਬਣਾ ਰਿਹਾ ਬਿਲਕੁਲ ਹੈਂਡ ਰਿਟਨ ਨੋਟਸ ਨੇ ਤੁਹਾਡੇ ਲਵੇ ਪਹੁੰਚਣਗੇ ਤਾਂ ਅੱਗੇ ਵੀਡੀਓਜ਼ ਨੂੰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਵੀ ਤਾਂ ਜੋ ਤੁਹਾਡੇ ਫਰੈਂਡਸ ਲਵੇ ਆਪਣਾ ਚੰਗਾ ਡਾਟਾ ਇੱਕ ਹੈਂਡ ਰਿਟਨ ਪਹੁੰਚ ਸਕੇ ਬਟਾ ਚਲੋ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਤੁਹਾਨੂੰ ਇਹ ਪਤਾ ਹੀ ਹੈ ਵੀ ਕੰਪਿਊਟਰ ਨੇ ਪਟਵਾਰੀ ਦੇ ਐਗਜ਼ਾਮ ਦੇ ਵਿੱਚ 15 ਮਾਰਕਸ ਦਾ ਕੰਪਿਊਟਰ ਨੇ ਆਣਾ ਹੈ दैट्स ਵਾਈ ਆਪਣੇ ਕੰਪਿਊਟਰ ਦੀ ਪ੍ਰੀਪਰੇਸ਼ਨ ਬਹੁਤ ਅੱਛੇ ਤਰੀਕੇ ਨਾਲ ਰੱਖੋ ਵੀ ਤਾਂਜ ਤੁਹਾਨੂੰ ਕੋਈ ਮਾਤ ਨਾ ਦੇ ਸਕੇ ਠੀਕ ਹੈ ਤਾਂ ਯੂਨੀਕ ਬਣੋਗੇ ਤਾਂ ਤੁਹਾਨੂੰ ਬਹੁਤ ਅੱਛਾ ਸਭ ਕੁਝ ਮਿਲ ਜੇਗਾ ਅੱਜ ਦਾ ਸੈਸ਼ਨ ਆਪਣਾ ਸਟਾਰਟ ਕਰਦੇ ਆਂ ਆਪਾਂ ਨੇ ਪਹਿਲਾਂ ਬੇਟਾ 70 ਕੁਐਸਚਨ ਡਿਸਕਸ ਕਰ ਚੁੱਕੇ ਸੀਗੇ ਤਾਂ 71st ਤੋਂ ਆਪਾਂ ਸਟਾਰਟ ਕਰਦੇ ਹਾਂ ਹਾਊ ਕੈਨ ਵੀ ਮੈਜ਼ਰ ði ਸਪੀਡ ਆਫ ਰੈਮ ਤਜਰੀ ਰੈਮ ਹੁੰਦੀ ਹੈ ਬੇਟਾ ਰੈਂਡਮ ਐਕਸੈਸ ਮੈਮਰੀ ਇਹਦੀ ਆਪਾਂ ਜੇ ਸਪੀਡ ਮੈਜ਼ਰ ਕਰਨੀ ਹੋਵੇ ਤਾਂ ਆਪਾਂ ਕਿਹਦਾ ਯੂਜ਼ ਕਰਾਂਗੇ ਬੱਸ ਵਿਟ ਦਾ ਵੀ ਯੂਜ਼ ਕਰਾਂਗੇ ਤੇ ਬੱਸ ਸਪੀਡ ਦਾ ਵੀ ਯੂਜ਼ ਕਰਾਂਗੇ ਬੱਸ ਕੀ ਹੁੰਦਾ ਹੈ ਕਨੈਕਸ਼ਨ ਜੇ ਹੁੰਦੇ ਨੇ ਵੀ ਕਿੰਨੇ ਬਿਟ ਦੀ ਬੱਸ ਹੈਗੀ ਹੈ ਬੱਸ ਉਸ ਦੇ ਤਰੀਕੇ ਨਾਲ ਕਿਉਂਕਿ ਇੰਟਰਨਲ ਮੈਮਰੀ ਹੋਣ ਕਰਕੇ ਰੈਮ ਇਹ ਬੱਸ ਸਪੀਡ ਤੇ ਬੱਸ ਵਿਟ ਦੇ ਉੱਤੇ ਡਿਪੈਂਡ ਕਰੇਗੀ ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਬੋਥ ਬੀ ਐਂਡ ਸੀ ਨੈਕਸਟ a place in the computer system where data programs are temporarily stored ਤਾਂ ਜੇ ਆਪਾਂ ਗੱਲ ਕਰੀਏ ਵੀ ਕੰਪਿਊਟਰ ਦੇ ਵਿੱਚ ਕੋਈ ਅਜਿਹੀ ਜਗ੍ਹਾ ਜਿੱਥੇ ਆਪਾਂ ਡਾਟੇ ਨੂੰ ਟੈਂਪਰਰੀ ਸਟੋਰ ਕਰ ਸਕੀਏ ਤਾਂ ਉਸ ਨੂੰ ਆਪਾਂ ਕੀ ਬੋਲਦੇ ਆ ਮੈਮਰੀ ਬੋਲਦੇ ਆ ਮੈਂ ਤੁਹਾਨੂੰ ਸਪੈਸ਼ਲ ਕਿਹਾ ਸੀਗਾ ਵੀ ਮੈਮਰੀ ਤੇ ਸਟੋਰੇਜ ਸਟੋਰੇਜ ਪਰਮਾਨੈਂਟ ਹੁੰਦੀ ਹੈ ਮੈਮਰੀ ਜਿਹੜੀ ਹੁੰਦੀ ਹੈ ਟੈਂਪਰਰੀ ਹੁੰਦੀ ਹੈ ਦੈਟਸ ਵਾਈ ਆਪਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਓਕੇ ਨੈਕਸਟ 73 क्वेश्चन एनी इलेक्ट्रॉनिक होल्डिंग प्लेस वेयर डाटा कैन बी स्टोर्ड एंड रिट्राएब्ड लेटर व्हेन एवर रिक्वायर ਤਾਂ ਕਹਿੰਦਾ ਕੋਈ ਇਲੈਕਟ੍ਰੋਨਿਕ ਹੋਲਡਿੰਗ ਹੈ ਜਿਹੀ ਜਗ੍ਹਾ ਜਿੱਥੇ ਆਪਾਂ ਡਾਟਾ ਨੂੰ ਸਟੋਰ ਕਰ ਸਕਦੇ ਆ ਤੇ ਜਿਹੜੇ ਮਰਜ਼ੀ ਟਾਈਮ ਬਾਅਦ ਵਿੱਚ ਉੱਥੋਂ ਆਪਾਂ ਵਾਪਸ ਰੀਟ੍ਰਾਈਵ ਵਾਪਸ ਡਾਟੇ ਨੂੰ ਲੈ ਸਕਦੇ ਆ ਠੀਕ ਹੈ ਤਾਂ ਉਸ ਨੂੰ ਆਪਾਂ ਮੈਮਰੀ ਹੀ ਕਹਾਂਗੇ ਤਾਂ ਏ অপਸ਼ਨ ਮੈਮਰੀ ਦੇ ਉੱਤੇ ਆਪਾਂ ਟਿਕ ਲਗਾ ਦਾਂਗੇ ਠੀਕ ਹੈ ਨੈਕਸਟ 74th question dekho which of the following is the fastest means of memory access for cpu you know very well main tonu uh, theory point banake dassya siga ki cpu de vich sab to jyada fastest ਮੈਮਰੀ ਹੁੰਦੀ ਹੈ ਔਰ ਰਜਿਸਟਰਸ ਹੁੰਦੇ ਸਭ ਤੋਂ ਪਹਿਲਾ ਆਪਸ਼ਨ ਦੇਖੋ ਰਜਿਸਟਰਸ ਹੈਗੇ ਨੇ ਜੇ ਹੈਗੇ ਨੇ ਤਾਂ ਏ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਤਾਂ ਰਜਿਸਟਰ ਆਪਸ਼ਨ 'ਚ ਹੈਗਾ ਤਾਂ ਸਭ ਤੋਂ ਫਾਸਟੈਸਟ ਮੈਮਰੀ ਜਿਹੜੀ ਹੁੰਦੀ ਹੈ ਉਹ ਆਪਣੀ ਰਜਿਸਟਰਸ ਹੁੰਦੀ ਹੈ ਸੈਕਿੰਡ ਨੰਬਰ ਤੇ ਕੈਸ਼ ਮੈਮਰੀ ਹੁੰਦੀ ਹੈ ਜਿਹੜਾ ਵੀ ਆਪਸ਼ਨ ਚ ਹੋਊਗਾ ਉਹਦੇ ਅਕੋਰਡਿੰਗ ਟਿੱਕ ਲੱਗ ਜਾਂਦਾ ਹੁੰਦਾ ਤਾਂ ਰਜਿਸਟਰ ਹੈਗਾ ਤਾਂ ਏ ਆਪਸ਼ਨ ਰਜਿਸਟਰ ਦੇ ਉੱਤੇ ਤੁਸੀਂ ਟਿੱਕ ਲਗਾ ਸਕਦੇ ਹੋ ਨੈਕਸਟ 75th ਕੁਐਸਚਨ the memory implemented using the semiconductor chips is ta kehnda oh kehdi memory hai jehdi apni semiconductor chips to ban di hundi hai that is the main memory ਤਜੇ ਜਿਹੜੀ RAM ਤੇ ROM ਹੁੰਦੀ ਹੈ ਆਪਾਂ ਨੇ ਪਹਿਲਾਂ ਵੀ ਇਹ ਕੁਐਸਚਨ ਡਿਸਕਸ ਕੀਤਾ ਸੀਗਾ ਵੀ ਜਿਹੜੀ RAM ਤੇ ROM ਹੁੰਦੇ ਸੈਮੀ ਕੰਡਕਟਰ IC ਚਿਪਸ ਤੋਂ ਬਣੀਆਂ ਹੁੰਦੀਆਂ ਨੇ ਦੈਟਸ ਵਾਈ ਤੁਸੀਂ B ਆਪਸ਼ਨ ਦੇ ਉੱਤੇ ਟਿੱਕ ਲਗਾ ਦੋਗੇ ਕਿਉਂਕਿ ਮੇਨ ਮੈਮਰੀ ਕੀ ਹੁੰਦੀ ਹੈ ਆਪਣੀ RAM ਤੇ ROM ਹੁੰਦੇ ਆ ਮੇਨਲੀ ਮੇਨ ਮੈਮਰੀ RAM ਹੁੰਦੀ ਹੈ ROM ਵੀ ਮੇਨ ਮੈਮਰੀ ਚ ਨਹੀਂ ਆਉਂਦਾ ਠੀਕ ਹੈ ਮੇਨ ਮੈਮਰੀ ਕਹਿ ਦਿੰਨੇ ਹੁੰਦੇ ਆ ਬਟ RAM ਇਸ ਦਾ ਮੇਨ ਮੈਮਰੀ ਓਕੇ ਨੈਕਸਟ ਸਾਈਜ਼ ਆਫ ਡੈਸ਼ ਮੈਮਰੀ ਮੇਨਲੀ ਡਿਪੈਂਡਸ ਔਨ ਦੀ ਸਾਈਜ਼ ਆਫ ਦੀ ਐਡਰੈਸ ਬਸ ਤਾਂ ਜਿਹੜੀ ਆਪਣੀ ਮੈਮਰੀ ਹੁੰਦੀ ਹੈ ਬੇਸਿਕਲੀ ਉਹ ਆਪਣੀ ਕਿਹੜੀ ਹੈ ਜਹੀ ਮੈਮਰੀ ਹੈ ਜਿਹਦਾ ਸਾਈਜ਼ ਐਡਰੈਸ ਬਸ ਦੇ ਉੱਤੇ ਡਿਪੈਂਡ ਕਰਦਾ ਹੈ ਥੈਟ ਇਜ਼ ਦਾ ਮੇਨ ਮੈਮਰੀ ਮਤਲਬ ਆਪਣੀ ਰੈਮ ਦਾ ਸਾਈਜ਼ ਹੈ ਜਿਹੜਾ ਉਹ ਐਡਰੈਸ ਬਸ ਦੇ ਉੱਤੇ ਡਿਪੈਂਡ ਕਰਦਾ ਹੈ ਮੇਨਲੀ ਡਿਪੈਂਡ ਕਰਦਾ ਹੈ ਠੀਕ ਹੈ ਨਾ ਤਾਂ ਇਸ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਨੈਕਸਟ ਵਿਚ ਆਫ ਦੀ ਫਾਲਿੰਗ ਇਜ਼ ਇੰਡੀਪੈਂਡੈਂਟ ਆਫ ਦੀ ਐਡਰੈਸ ਬਸ ਤਾਂ ਇਹਨਾਂ ਵਿੱਚ ਕਹਿੰਦਾ ਕਿਹੜੀ ਹੈ ਜਿਹੀ ਮੈਮਰੀ ਹੈ ਜਿਹੜੀ ਆਪਣੀ ਇੰਡੀਪੈਂਡੈਂਟ ਹੋਵੇ ਮਤਲਬ ਬਿਲਕੁਲ ਫ੍ਰੀ ਹੋਵੇ ਐਡਰੈਸ ਬਸ ਤੋਂ ਮਤਲਬ ਐਡਰੈਸ ਬਸ ਦੇ ਉੱਤੇ ਉਹ ਡਿਪੈਂਡ ਨਾ ਕਰਦੀ ਹੋਵੇ ਥੈਟ ਇਜ਼ ਦਾ ਆਪਣੇ ਕੋਲ ਸੈਕੰਡਰੀ ਮੈਮਰੀ ਦੇ ਉੱਤੇ ਆਪਾਂ ਟਿੱਕ ਲਗਾ ਦਾਂਗੇ ਤਾਂ ਸੈਕੰਡਰੀ ਮੈਮਰੀ ਦੇ ਵਿੱਚ ਯੂ نو ਵੈਰੀ ਵੈਲ ਆਪਣੀ ਹਾਰਡ ਡਿਸਕ ਆ ਜਾਂਦੀ ਹੈ ਫਲੋਪੀ ਡਿਸਕ ਆ ਜਾਂਦੀ ਹੈ ਜਿੰਨੀ ਮਰਜ਼ੀ ਬੜੀ ਹੋ ਸਕਦੀ ਹੈ ਇਹਨੂੰ ਆਪਾਂ ਨਹੀਂ ਰੱਖ ਮਤਲਬ ਇਹਨੂੰ ਕੋਈ ਰੋਕ ਸਦਾ ਹੈਗਾ ਚਾਹੇ ਆਪਣਾ 256 GB ਦੀ ਹਾਰਡ ਡਿਸਕ ਕੋ ਲੋ ਚਾਹੇ 512 GB ਦੀ ਹਾਰਡ ਡਿਸਕ ਕੋ ਅਜਕਲ ਤਾਂ ਟੀਵੀ ਦੇ ਵਿੱਚ ਵੀ ਆਣ ਲੱਗ ਗਈ ਬੜ ਜੀ ਰੈਮ ਹੈ ਉਹਦੀ ਲਿਮਟ ਇੱਕ 2 GB ਰੈਮ ਆਪਾਂ ਕਹਿੰਨਾ 4 GB ਰੈਮ 8 GB ਰੈਮ ਬਸ ਇਸ ਤੋਂ ਜ਼ਿਆਦਾ ਨਹੀਂ ਹੋ ਸਕਦੀ ਕਿਉਂਕਿ ਉਹ ਐਡਰੈਸ ਬਸ ਦੇ ਉੱਤੇ ਡਿਪੈਂਡ ਕਰਦੀ ਹੈ ਨੈਕਸਟ ਵਾਟ ਇਜ਼ ਦੀ ਲੋਕੇਸ਼ਨ ਆਫ ਦੀ ਇੰਟਰਨਲ ਰਜਿਸਟਰ ਆਫ ਦੀ ਸੀਪੀਯੂ ਤਾਂ ਜਿਹੜੇ ਆਪਾਂ ਕਹਿੰਦੇ ਆ ਇੰਟਰਨਲ ਰਜਿਸਟਰ ਨੇ ਤਾਂ CPU ਦੇ ਵਿੱਚ ਇਹਨਾਂ ਦੀ ਲੋਕੇਸ਼ਨ ਕਿੱਥੇ ਹੁੰਦੀ ਹੈ ਔਨ ਚਿਪ ਹੁੰਦੀ ਹੈ ਤਾਂ ਚਿਪ ਦੇ ਉੱਤੇ ਹੀ ਲੱਗੇ ਹੁੰਦੇ ਨੇ ਤਾਂ ਬੀ ਆਪਸ਼ਨ ਔਨ ਚਿਪ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ 79 ਕੁਐਸਚਨ ਦੇਖੋ ਮਾਰ ਸਟੈਂਡਸ ਫੋਰ ਐਮ ਏ ਆਰ ਸਟੈਂਡਸ ਫੋਰ ਇਹਨੂੰ ਆਪਾਂ ਮੈਮਰੀ ਐਡਰੈਸ ਰਜਿਸਟਰ ਬੋਲਦੇ ਇੱਕ ਫੁੱਲ ਫਾਰਮ ਹੈ ਬਹੁਤ ਫੇਮਸ ਐਮ ਏ ਆਰ ਕੰਪਿਊਟਰ টারਮਸ ਦੇ ਵਿੱਚ ਆਪਾਂ ਇਹਨੂੰ ਮੈਮਰੀ ਐਡਰੈਸ ਰਜਿਸਟਰ ਬੋਲਦੇ ਆ ਨੈਕਸਟ ði ਸਟੋਰੇਜ ਐਲੀਮੈਂਟ 4 ਆ ਸਟੈਟਿਕ ਰੈਮ ਇਜ਼ ਤਾਂ ਜਦੋਂ ਮੈਂ ਬਟਾ ਥਿਉਰੀ ਪੁਆਇੰਟ ਵਿੱਚ ਡੀ ਰੈਮ ਤੇ ਐਸ ਰੈਮ ਦੇ ਮੈਂ ਪੁਆਇੰਟਸ ਲਿਖਵਾਏ ਸੀਗੇ ਉੱਥੇ ਮੈਂ ਸਪੈਸ਼ਲ ਬੋਲਿਆ ਸੀਗਾ ਵੀ ਡੀ ਰੈਮ ਤੋਂ ਤੁਸੀਂ ਇੱਕ ਡੀਸੀ ਵਰਡ ਯਾਦ ਰੱਖੋ ਡੀ ਰੈਮ ਦੇ ਵਿੱਚ ਇੱਕ ਕਪੈਸਟਰ ਯੂਜ਼ ਕਰਦੇ ਆਂ ਤੇ ਇੱਕ ਆਪਾਂ 트ਾਂਜ਼ਿਸਟਰ ਯੂਜ਼ ਕਰਦੇ ਆਂ ਤਾਂ ਜੇ ਇਹਦਾ ਕੰਬੀਨੇਸ਼ਨ ਯਾਦ ਰਹਿ ਗਿਆ ਤਾਂ ਦੂਜੇ ਵਿੱਚ ਤੁਸੀਂ ਆਪਣਾ ਫਲਿੱਪ ਫਲੌਪ ਯੂਜ਼ ਕਰਦੇ ਹੋ ਤਾਂ ਸਟੈਟਿਕ ਰੈਮ ਦੇ ਵਿੱਚ ਆਪਾਂ ਫਲਿੱਪ ਫਲॉप ਦਾ ਯੂਜ਼ ਕਰਦੇ ਆ ਤਾਂ ਡੀ অপਸ਼ਨ ਫਲਿੱਪ ਫਲॉप ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਵਿਚ ਮੈਮਰੀ ਇਸ ਦੀ ਐਕਚੁਅਲ ਵਰਕਿੰਗ ਮੈਮਰੀ ਤਾਂ ਜਿਹੜੀ ਐਕਚੁਅਲ ਵਰਕ ਕਰ ਰਹੀ ਹੈ ਮੈਮਰੀ ਆਪਣੇ ਕੰਪਿਊਟਰ ਦੇ ਵਿੱਚ ਜੋ ਵੀ ਆਪਾਂ ਹਰ ਟਾਈਮ ਦੇ ਉੱਤੇ ਕੰਪਿਊਟਰ ਨੂੰ ਓਪਨ ਕਰਦੇ ਆ ਤਾਂ ਉਸ ਸਮੇਂ ਜਿਹੜੀ ਮੈਮਰੀ ਕੰਮ ਕਰ ਰਹੀ ਹੁੰਦੀ ਆ ਉਹ ਰੈਮ ਕੰਮ ਕਰ ਰਹੀ ਹੁੰਦੀ ਆ ਤਾਂ ਸੀ অপਸ਼ਨ ਰੈਮ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਓਕੇ ਤਾਂ ਆਪਣੇ 81 ਕੁਐਸਚਨ ਡਿਸਕਸ ਹੋ ਚੁੱਕੇ ਨੇ ਹਾਂਜੀ 82nd ਕੁਐਸਚਨ ਦੇਖੋ ਪਰਮਨੈਂਟ ਇਨਸਟਰਕਸ਼ਨਸ दैट द ਕੰਪਿਊਟਰ ਯੂजेस ਵੈਨ ਇਟ ਇਜ਼ ਟਰਨਡ ਔਨ ਐਂਡ ਥੈਟ ਕੈਨ ਨਾਟ ਬੀ ਚੇਂਜਡ ਬਾਏ ਦੀ ਅਦਰ ਇਨਸਟਰਕਸ਼ਨਸ ਆਰ ਕੰਟੇਨਡ ਇਨ ਕਹਿੰਦਾ ਉਹ ਕਿਹੜੀਆਂ ਇਨਸਟਰਕਸ਼ਨਸ ਨੇ ਜਿਹੜੀਆਂ ਬਿਲਕੁਲ ਪਰਮਾਨੈਂਟ ਸਟੋਰ ਹੋਈਆਂ ਪਈਆਂ ਨੇ ਤੇ ਜਦੋਂ ਆਪਾਂ ਕੰਪਿਊਟਰ ਨੂੰ ਓਨ ਕਰਦੇ ਆ ਤਾਂ ਉਦੋਂ ਯੂਜ਼ ਹੁੰਦੀਆਂ ਨੇ ਤੇ ਡਿਲੀਟ ਨਹੀਂ ਹੁੰਦੀਆਂ ਤਾਂ ਕਿਤੇ ਕਦੇ ਉਹ ਚੇਂਜ ਵੀ ਨਹੀਂ ਕਰ ਸਕਦੇ ਆ ਆਪਾਂ ਤਾਂ ਉਹ ਵਾਲਿਆ ਸਟੇਟਮੈਂਟ ਆ ਰੋਮ ਦੇ ਵਿੱਚ ਪਈਆਂ ਹੁੰਦੀਆਂ ਨੇ ਤਾਂ ਆਰਓਐਮ ਰੋਮ ਰੀਡ ਓਨਲੀ ਮੈਮਰੀ ਦੇ ਵਿੱਚ ਇਹ ਵਾਲੀਆਂ ਇਨਸਟਰਕਸ਼ਨਸ ਪਈਆਂ ਹੁੰਦੀਆਂ ਨੇ ਕਿਸੇ ਵੀ ਦੂਜੀ ਇਨਸਟਰਕਸ਼ਨ ਦੇ ਨਾਲ ਆਪਾਂ ਰੋਮ ਦਾ ਡਾਟਾ ਡਿਲੀਟ ਨਹੀਂ ਕਰ ਸਕਦੇ ਬਿਲਕੁਲ ਪਰਮਾਨੈਂਟ ਸਟੋਰੇਜ ਹੋਈ ਪਈ ਹੈ ਫੋਰ ਐਗਜ਼ਾਮਪਲ ਦੇਖੋ ਆਪਾਂ ਜਿਵੇਂ ਹੀ ਆਪਾਂ ਅੱਜਕੱਲ ਨਵੇਂ ਮੋਬਾਈਲ ਫੋਨ ਜਿਵੇਂ ਆਪਾਂ ਪਰਚੇਸ ਕਰਦੇ ਆ ਤਾਂ ਉਸ ਦੇ ਵਿੱਚ ਬਾਈ ਡਿਫਾਲਟ ਦੇਖੋ ਮੰਨ ਕੇ ਚਲੋ ਇੱਕ అలਾਰਮ ਜਿਹੜਾ ਕਲੋਕ ਹੁੰਦਾ ਉਹ ਬਾਈ ਡਿਫਾਲਟ ਹੁੰਦਾ ਹੈ ਹਨਾ ਤੁਸੀਂ ਕਲੋਕ ਦੀ ਜਿਹੜੀ ਐਪ ਆ ਉਹਨੂੰ ਡਿਲੀਟ ਕਰ ਨਹੀਂ ਸਕਦੇ ਕਿਉਂਕਿ ਉਹ ਰੋਮ ਦੇ ਵਿੱਚ ਸਟੋਰ ਪਈ ਹੈ ਹਾਂ ਤੁਸੀਂ ਕੋਈ ਨਵੀਂ ਐਪ ਜਿਹੜੀ ਪਲੇ ਸਟੋਰ ਤੋਂ ਡਾਊਨਲੋਡ ਕਰਦੇ ਹੋ ਉਹ ਤੁਸੀਂ ਡਿਲੀਟ ਅਨਸਟਾਲ ਸਟਾਲ ਕਰ ਸਕਦੇ ਹੋ ਬਟ ਜਿਹੜਿਆ ਪਹਿਲਾਂ ਹੀ ਇਨ ਬਿਲਟ ਨੇ ਉਹ ਰੋਮ ਦੇ ਵਿੱਚ ਨੇ ਤੁਸੀਂ ਉਹਨੂੰ ਡਿਲੀਟ ਨਹੀਂ ਕਰ ਸਕਦੇ ਓਕੇ ਨੈਕਸਟ ਨੈਕਸਟ ਦੇਖੋ ਆਪਣਾ ਵਾਟ ਇਜ਼ ਦੀ ਪਰਮਨੈਂਟ ਮੈਮਰੀ ਬਿਲਟ ਇਨਟੂ ਯੂਅਰ ਕੰਪਿਊਟਰ ਕਾਲਡ ਤਾਂ ਜਿਹੜੀ ਬਿਲਕੁਲ ਪਰਮਨੈਂਟ ਮੈਮਰੀ ਹੈ ਕੰਪਿਊਟਰ ਜੇ ਬਿਲਟ ਕੀਤੀ ਹੋਈ ਉਹ ਕਿਹੜੀ ਹੁੰਦੀ ਹੈ ਬਟਾ ਰੋਮ ਹੁੰਦੀ ਹੈ ਤਾਂ ਬੀ ਆਪਸ਼ਨ ਰੋਮ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਨੈਕਸਟ ਵਿਚ ਕੰਪਿਊਟਰ ਮੈਮਰੀ ਇਸ ਐਸੈਂਸ਼ੀਅਲੀ ਐਮਪਟੀ ਤੋ ਕਿਹੜੀ ਕੰਪਿਊਟਰ ਮੈਮਰੀ ਹੈ ਜਿਹੜੀ ਆਪਾਂ ਨੂੰ ਪੱਕਾ ਖਾਲੀ ਚਾਹੀਦੀ ਹੁੰਦੀ ਹੈ ਹਰ ਸਮੇਂ ਤਾਂ ਹੀ ਕੰਮ ਹੋਏਗਾ ਤਾਂ ਰੈਮ ਮੈਮਰੀ ਹੁੰਦੀ ਹੈ ਜਿਹੜੀ ਆਪਾਂ ਨੂੰ ਬਲੈਂਕ ਚਾਹੀਦੀ ਹੁੰਦੀ ਹੈ ਕਈ ਵਾਰ ਤੁਸੀਂ ਆਪਣੇ ਫੋਨ 'ਚ ਦੇਖਦੇ ਹੋ ਕਹਿੰਦਾ ਨਾ ਫੋਨ ਮੈਮਰੀ ਦੇ ਵਿੱਚ ਸਪੇਸ ਨਹੀਂ ਹੈਗੀ ਤਾਂ ਇਸ ਦਾ ਮਤਲਬ ਰੈਮ ਦੇ ਵਿੱਚ ਸਪੇਸ ਖਤਮ ਹੋ ਚੁੱਕੀ ਹੈ ਤਾਂ ਉਹ ਉਹ ਫਿਲ ਹੋਈ ਪਈ ਹੈ ਜਦੋਂ ਤੱਕ ਡਾਟਾ ਤੁਸੀਂ ਡਿਲੀਟ ਨਹੀਂ ਕਰੋਗੇ ਤਾਂ ਉਹ ਤੁਹਾਨੂੰ ਮੈਸੇਜ ਕਰੇ ਜਾਏਗਾ ਤਾਂ ਰੈਮ ਬਹੁਤ ਐਮਪਟੀ ਹੋਣਾ ਰੈਮ ਦਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਸਭ ਤੋਂ ਪਹਿਲਾਂ ਜੇ ਆਪਾਂ ਕੰਮ ਕਰ ਰਹੇ ਹਾਂ ਤਾਂ ਦੇ ਵਿੱਚ ਬਾਈ ਡਿਫਾਲਟ ਸਟੋਰ ਹੋਈ ਜਾਂਦਾ ਰਹ ਹੁੰਦਾ ਓਕੇ ਨੈਕਸਟ ਦੀ ਅਮਾਉਂਟ ਆਫ ਮੇਨ ਮੈਮਰੀ ਇਜ਼ ਮੈਜ਼ਰਡ ਇਨ ਤਾਂ ਦੇਖੋ ਬਟਾ ਜਿਹੜੀ ਮੇਨ ਮੈਮਰੀ ਹੁੰਦੀ ਹੈ ਬੇਸਿਕਲੀ ਮੇਨ ਮੈਮਰੀ ਮਤਲਬ ਰੈਮ ਤੇ ਰੋਮ ਦੀ ਗੱਲ ਕਰਦੇ ਆਪਾਂ ਠੀਕ ਹੈ ਨਾ ਬਟਾ ਤਾਂ ਇਹਦਾ ਅੱਜਕੱਲ ਜੇ ਜੇ ਤੁਸੀਂ ਧਿਆਨ ਨਾਲ ਦੇਖੋ ਇਹ ਇਹ ਅੱਜਕੱਲ ਦਾ ਟ੍ਰੈਂਡ ਹੋਇਆ ਵੀ ਜਿਹੜੀ RAM ਹੈ ਆਪਣੀ 2GB RAM ਆਪਾਂ 4GB RAM ਦੀ ਗੱਲ ਕਰਨ ਲੱਗੇ ਜਦਕਿ ਪਹਿਲਾਂ ਜਿਹੜੀ RAM ਹੁੰਦੀ ਸੀ ਉਹ 512MB ਦੀ ਹੁੰਦੀ ਸੀ 1024MB ਦੀ RAM ਹੁੰਦੀ ਸੀ ਤਾਂ ਇਹ ਨਾ ਮੈਗਾਬਾਈਟਸ ਵਿੱਚ ਮੈਜ਼ਰ ਕਰਦੇ ਸੀਗੇ ਆਪਾਂ ਦੈਟਸੋਏ ਆਪਣੀ D অপਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਕਿਉਂਕਿ 512MB RAM ਤੁਸੀਂ ਪਹਿਲਾਂ ਕਦੇ ਸੁਣੀ ਹੋਊਗੀ ਠੀਕ ਹੈ ਨਾ ਤਾਂ ਦੈਟਸੋਏ ਜਿਹੜੀ ਆਪਣੀ RAM ਹੁੰਦੀ ਸੀ ਮੇਨ ਮੈਮਰੀ ਦਾ ਮਤਲਬ ਕੀ ਹੁੰਦਾ ਹੈ RAM ਹੁੰਦਾ ਠੀਕ ਹੈ ਨਾ ਤਾਂ ਰੈਮ ਕਰਕੇ ਹੀ ਇਹਨੂੰ ਆਪਾਂ ਮੈਗਾਬਾਈਟਸ ਦੇ ਵਿੱਚ ਮੀਜ਼ਰ ਕਰਦੇ ਹੈਗੇ ਆ ਓਕੇ ਨੈਕਸਟ ਈਪੀ ਰੋਮ ਕੈਨ ਬੀ ਯੂਜ਼ਡ ਫੋਰ ਦੇਖੋ ਇਹਦੀ ਪਹਿਲਾਂ ਤੁਹਾਨੂੰ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ ਈਪੀ ਰੋਮ ਤੁਹਾਨੂੰ ਪਤਾ ਹੈ ਕੀ ਹੁੰਦੀ ਹੈ ਆਪਣੇ ਕੋਲ ਇਰੇਜ਼ੀਬਲ ਹੁੰਦੀ ਹੈ ਠੀਕ ਹੈ ਨਾ ਤੇ ਉਸ ਤੋਂ ਬਾਅਦ ਪ੍ਰੋਗਰਾਮੇਬਲ ਹੁੰਦੀ ਹੈ ਤਾ ਇਸ ਦਾ ਮਤਲਬ ਕੀ ਹੁੰਦਾ ਆਪਾਂ ਰੋਮ ਦੇ ਵਿੱਚ ਡਾਟਾ ਇਰੇਜ਼ ਵੀ ਕਰ ਸਕਦੇ ਸਪੈਸ਼ਲ ਟਾਈਪ ਦੇ ਵਿੱਚ ਤੇ ਦੁਬਾਰ ਤੋਂ ਪ੍ਰੋਗਰਾਮੇਬਲ ਵੀ ਕਰ ਸਕਦੇ ਆ ਤਾਂ ਡੈਫੀਨੇਸ਼ਨ ਦੇ ਵਿੱਚ ਹੀ ਕਰਿਆ दैट्स ਵਾਈ ਇਰੇਜ਼ਿੰਗ ਐਂਡ ਰੀਕਨਸਟਰਕਟਿੰਗ ਦੀ ਕੰਟੈਂਟਸ ਆਫ ਦੀ ਰੋਮ दैट्स ਵਾਈ ਸੀ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਓਕੇ ਤਾਂ ਸੀ ਆਪਸ਼ਨ ਦੇ ਉੱਤੇ ਟਿੱਕ ਲੱਗ ਜਾਏਗਾ ਇਰੇਜ਼ਿੰਗ ਐਂਡ ਰੀਕਨਸਟਰਕਟਿੰਗ ਦੀ ਕੰਟੈਂਟਸ ਆਫ ਰੋਮ ਓਕੇ ਬੇਟਾ ਨੈਕਸਟ ਈ ਪੀ ਰੋਮ ਇਜ਼ ਜਰਨਲੀ ਇਰੇਜ਼ਡ ਬਾਈ ਯੂਜ਼ਿੰਗ ਜਿਹੜੀ ਆਪਣੀ ਈ ਪੀ ਰੋਮ ਹੈ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ ਹੈ ਕਹਿੰਦਾ ਜਿਹੜੇ ਡਾਟਾ ਡਿਲੀਟ ਕਰਦੇ ਆਪਾਂ ਤਾਂ ਕਿਹਦੇ ਨਾਲ ਡਿਲੀਟ ਕਰਾਂਗੇ ਯੂ ਵੀ ਰੇਜ਼ ਨਾਲ ਡਿਲੀਟ ਕਰਦੇ ਆ ਤਾਂ ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਇਆ ਹੋਇਆ ਤਾਂ ਇਹ ਦੇ ਉੱਤੇ ਆਪਾਂ ਟਿੱਕ ਲਗਾ ਦਾਂਗੇ ਜਿਹੜੀ ਈ ਪੀ ਰੋਮ ਹੈ ਉਹ ਬੇਸਿਕਲੀ ਅਲਟਰਾ ਵਾਇਲਟ ਰੇਜ਼ ਦੇ ਰਾਹੀਂ ਡਾਟੇ ਨੂੰ ਡਿਲੀਟ ਕਰਦੀ ਹੈਗੀ ਹੈ ਓਕੇ ਨੈਕਸਟ ਹਾਊ ਮੈਨੀ ਰਾਈਟ ਸਾਈਕਲਸ ਆਰ ਅਲਾਊਡ ਟੂ ਆ ਰੈਮ ਇਹ ਨਾ ਬੇਟਾ ਨਾ ਕੰਪਿਊਟਰ ਆਰਕੀਟੈਕਚਰ ਦੇ ਵਿੱਚ ਇਨਸਾਈਡ ਬਹੁਤ ਮਤਲਬ ਆਪਾਂ ਕਹਿੰਦੇ ਡੀਪ ਟਾਪਿਕ ਜਾਂਦਾ ਤੁਸੀਂ ਇਹਨੇ ਡੀਪ ਜਾਣ ਦੀ ਲੋੜ ਨਹੀਂ ਸਿੰਪਲ ਬਸ ਇਹਨਾਂ ਕੀ ਸਟੱਡੀ ਕਰਨਾ ਹੈ ਵੀ ਰੈਮ ਦੇ ਵਿੱਚ ਜਿਹੜਾ ਰਾਈਟ ਸਾਈਕਲ ਹੁੰਦਾ ਉਹ ਸਿਰਫ ਇੱਕ ਹੁੰਦਾ ਤਾਂ ਇਹ ਆਪਸ਼ਨ 1 ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ ਇਹ ਆਪਸ਼ਨ 1 ਓਕੇ ਨੈਕਸਟ ਦੀ ਮੈਮਰੀ ਲੋਕੇਸ਼ਨ ਐਡਰੈਸ ਆਰ ਲਿਮਿਟਿਡ ਟੂ ਜਿਹੜੇ ਮੈਮਰੀ ਲੋਕੇਸ਼ਨ ਐਡਰੈਸ ਹੁੰਦੇ ਨੇ ਉਹ ਬੇਸਿਕਲੀ ਕਿੱਥੋਂ ਸਟਾਰਟ ਕਰਦੇ ਆ ਤੇ ਕਿੱਥੇ ਤੱਕ ਹੁੰਦੇ ਨੇ ਦੇਖੋ ਹਮੇਸ਼ਾ 00 ਤੋਂ ਸਟਾਰਟ ਹੋਣਗੇ ਮਤਲਬ 0 ਤੋਂ ਸਟਾਰਟ ਹੋਊਗਾ ਜਿੱਥੇ ਮਰਜ਼ੀ ਤੱਕ ਇਹਨਾਂ ਨੇ ਦੇਖੋ ਲਿਮਟ ਲਾ ਰੱਖੀ ਆਪਣੇ 9FFFA ਸਾਰੇ ਆਪਸ਼ਨ 9FFFA ਨੇ ਤਾਂ ਮੇਨ ਤਾਂ ਡਿਪੈਂਡ ਹੁੰਨ 00 ਆ ਕਰੇਗਾ ਨਾ ਤਾਂ ਏ ਆਪਸ਼ਨ ਦੈਟਸ ਵਾਈ ਟਿਕ ਲੱਗ ਜਾਏਗਾ 0 ਤੋਂ ਲੈ ਕੇ ਜਿੱਤੇ ਤੱਕ ਵੀ ਉਹਨੇ ਮੈਮਰੀ ਹੈ ਜਿਹੜਾ 16 ਪਾਇਆ ਹੋਇਆ ਹੈ ਨਾ ਇਹ ਹੈਕਸਾ ਡੈਸੀਮਲ ਤੁਸੀਂ ਇਹ ਵਰਡ ਕਦੇ ਸੁਨਾਗਾ ਬਾਈਨਰੀ ਨੰਬਰ ਸਿਸਟਮ ਹੁੰਦਾ ਹੈ ਹੈਕਸਾ ਡੈਸੀਮਲ ਨੰਬਰ ਸਿਸਟਮ ਹੁੰਦਾ ਹੈ ਇਹ ਹੈਕਸਾ ਡੈਸੀਮਲ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ 16 ਜਿਹੜਾ ਰਿਪਰੈਜ਼ੈਂਟ ਕਰ ਰਿਹਾ ਹੈ ਹੈਕਸਾ ਡੈਸੀਮਲ ਨੂੰ ਰਿਪਰੈਜ਼ੈਂਟ ਕਰ ਰਿਹਾ ਕਿਉਂਕਿ ਕੰਪਿਊਟਰ ਦੇ ਵਿੱਚ ਮਾਈਕਰੋ ਪ੍ਰੋਸੈਸਰ ਦੇ ਵਿੱਚ ਜਿਹੜੇ ਵੀ ਐਡਰੈਸ ਹੁੰਦੇ ਨੇ ਉਹ ਆਪਾਂ ਹੈਕਸਾ ਡੈਸੀਮਲ ਦੇ ਵਿੱਚ ਹੀ ਲਿਖਦੇ ऑन अ पीसी हाउ मच मेमोरी इज अवेलेबल टू एप्लीकेशन सॉफ्टवेयर तो अपने कंप्यूटर ਦੇ ਵਿੱਚ ਇੱਕ ਐਪਲੀਕੇਸ਼ਨ ਸੌਫਟਵੇਅਰ ਵਾਸਤੇ ਕਿੰਨੀਕ ਮੈਮਰੀ अवेलेबल ਚਾਹੀਦੀ ਹੈ 640 केबी तो सी ऑप्शन 640 केबी दी मेमोरी ਬਿਲਕੁਲ ਆਪਾਂ ਨੂੰ ਖਾਲੀ ਚਾਹੀਦੀ ਹੁੰਦੀ ਹੈ ਜੇ ਆਪਾਂ ਨੂੰ ਇੱਕ ਸੌਫਟਵੇਅਰ ਐਪਲੀਕੇਸ਼ਨ ਸੌਫਟਵੇਅਰ ਦੇ ਲਈ ओके नेक्स्ट ਤਾਂ ਆਪਣੇ 90 ਕੁਐਸਚਨ ਡਿਸਕਸ ਹੋ ਚੁੱਕੇ ਨੇ ਡੀਅਰ 91 ਕੁਐਸਚਨ how much megabyte of data is typically stored in a bubble device ta bubble device de vich aapan 1 megabyte hi data store kar sakde ha bahut important question hai bahut wari exam ch aa chukke ha gal yaad rakhe sare beta previous year aaye hoye hi question ne ਜਿਹੜੀ ਵੀ ਆਪਣੇ ਬੈਂਕਾਂ ਦੇ ਵਿੱਚ ਕੁਸ਼ਚਨ ਆਉਂਦੇ ਨੇ ਜਾਂ ਕੋਈ ਵੀ ਆਪਣੇ ਸਟੇਟ ਦੇ ਇਗਜ਼ਾਮ ਹੁੰਦੇ ਨੇ ਜਾਂ ਸੈਂਟਰ ਦੇ ਇਗਜ਼ਾਮ ਹੁੰਦੇ ਨੇ ਠੀਕ ਹੈ ਨਾ ਤਾਂ ਫਿਲਹਾਲ ਦਾ ਚੈਪਟਰ ਵਾਈਜ਼ ਸੀਰੀਜ਼ ਹੈ ਮੈਂ ਅੱਗੇ ਬਿਲਕੁਲ ਜਿਹੜੇ ਮਿਕਸ ਕੁਸ਼ਚਨ ਲੈ ਕੇ ਆਉਂਗਾ ਸੀਰੀਜ਼ ਕੰਪਿਊਟਰ ਦੇ ਵਿੱਚ ਵੀ ਤਾਂ ਜੋ ਜੇ ਤੁਸੀਂ ਨੇ ਇਹ ਕੁਸ਼ਚਨ ਪੜੇ ਹੋਣਗੇ ਤਾਂ ਆਪਾਂ ਅੱਗੇ ਦੇਖਾਂਗੇ ਵੀ ਕੁਸ਼ਚਨ ਨੂੰ ਇੱਕ ਚੰਗੀ ਤਰੀਕੇ ਨਾਲ ਆਪਾਂ ਕਿਵੇਂ ਪ੍ਰਿਪੇਅਰ ਕਰ ਸਕਦੇ ਹੈਗੇ ਆ ਓਕੇ ਤਾਂ ਪリーズ ਬਟਾ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਫਰੈਂਡਸ 'ਈ ਵੀਡੀਓ ਨੂੰ ਜ਼ਰੂਰ ਸ਼ੇਅਰ ਵੀ ਜ਼ਰੂਰ ਕਰੋ ਵੀ ਤਾਂ ਜੋ ਹਰ ਬੱਚੇ ਲਵੇ ਇੱਕ ਅੱਛਾ ਡਾਟਾ ਪਹੁੰਚ ਸਕੇ ਬਟਾ ਜੇਕਰ ਤੁਹਾਨੂੰ ਵੀਡੀਓ ਬਹੁਤ ਪਸੰਦ ਆ ਰਹੀ ਹੈ ਤਾਂ ਨੈਕਸਟ ਕੁਐਸਚਨ ਦੇਖੋ 92 ਕੁਐਸਚਨ ਟੂ ਵਟ ਟੈਂਪਰਰੀ ਏਰੀਆ ਕੈਨ ਯੂ ਸਟੋਰ ਟੈਕਸਟ ਐਂਡ ਅਦਰ ਡਾਟਾ ਐਂਡ ਲੇਟਰ ਪੇਸ देम ਟੂ ਅਨਦਰ ਲੋਕੇਸ਼ਨ ਤਾਂ ਉਹ ਕਹਿੰਦਾ ਪਿਕ ਹੈ ਜਿਹੜਾ ਟੈਂਪਰਰੀ ਏਰੀਆ ਜਿਹਦੇ ਵਿੱਚ ਆਪਾਂ ਕੁਝ ਟੈਕਸਟ ਜਾਂ ਅਦਰ ਡਾਟਾ ਲਿਖ ਸਕਦੇ ਆ ਲੇਟਰ ਪੇਸਟ ਵੀ ਉਹਨੂੰ ਕਰ ਸਕਦੇ ਆ ਤਾਂ ਉਹ ਕਲਿੱਪਬੋਰਡ ਹੁੰਦਾ ਹੈ ਤਾਂ ਇਹ অপਸ਼ਨ ਕਲਿੱਪਬੋਰਡ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਕਲਿੱਪਬੋਰਡ ਇੱਕ ਅਜਿਹਾ ਜਗ੍ਹਾ ਹੁੰਦੀ ਹੈ ਜਿੱਥੇ ਤੁਸੀਂ ਟੈਂਪਰਰੀ ਡਾਟਾ ਟੈਕਸਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਕੋਈ ਡਾਟਾ ਨੂੰ ਪੇਸਟ ਕਰ ਸਕਦੇ ਹੋ ਠੀਕ ਹੈ ਨੈਕਸਟ ਵਿਚ ਆਫ ਦੀ ਫਾਲਿੰਗ ਹੋਲਡਸ ਦੀ ਰੋਮ ਸੀਪੀਯੂ ਰੈਮ ਐਂਡ ਐਕਸਪੈਂਸ਼ਨ ਕਾਰਡਸ ਤਾਂ ਕਹਿੰਦਾ ਕੰਪਿਊਟਰ ਦੇ ਵਿੱਚ ਜਿਹੜਾ ਰੋਮ ਸੀਪੀਯੂ ਰੈਮ ਜਿਹੜੇ ਹੁੰਦੇ ਨੇ ਐਕਸਪੈਂਸ਼ਨ ਕਾਰਡਸ ਹੁੰਦੇ ਨੇ ਬੇਸਿਕਲੀ ਕਿੱਥੇ ਅਟੈਚ ਕੀਤੇ ਹੁੰਦੇ ਨੇ ਲੋਕੇਟ ਕੀਤੇ ਹੁੰਦੇ ਨੇ ਇਹ ਮਦਰ ਬੋਰਡ ਦੇ ਵਿੱਚ ਲੋਕੇਟ ਕੀਤੇ ਹੁੰਦੇ ਨੇ ਤਾਂ ਸੀ ਆਪਸ਼ਨ ਮਦਰ ਬੋਰਡ ਦੇ ਤੇ ਤੁਸੀਂ ਟਿਕ ਲਗਾ ਦੋਗੇ ਓਕੇ ਨੈਕਸਟ 94 ਕੁਐਸਚਨ ਕੰਪਿਊਟਰ ਬਾਇਸ ਸਟੋਰਡ ਇਨ ਬਟ ਇੱਕ ਬਾਇਸ ਪ੍ਰੋਗਰਾਮ ਹੁੰਦੇ ਨੇ ਬੇਸਿਕ ਇਨਪੁਟ ਆਉਟਪੁਟ ਸਿਸਟਮ ਇਹ ਨਾ ਆਪਾਂ ਉਦੋਂ ਯੂਜ਼ ਕਰਦੇ ਆ ਜਦੋਂ ਕੰਪਿਊਟਰ ਨੂੰ ਓਨ ਕਰਨਾ ਹੁੰਦਾ ਤਾਂ ਬਾਇਸ ਸਿਸਟਮ ਦਾ ਆਪਾਂ ਯੂਜ਼ ਕਰਦੇ ਆ ਇਹ ਸਾਰੇ ਪ੍ਰੋਗਰਾਮ ਰੋਮ ਦੇ ਵਿੱਚ ਸਟੋਰ ਹੁੰਦੇ ਨੇ ਕਿਉਂਕਿ ਰੋਮ ਦੇ ਵਿੱਚ ਡਾਟਾ ਕਦੇ ਵੀ ਡਿਲੀਟ ਨਹੀਂ ਹੁੰਦਾ ਤਾਂ ਸੀ অপਸ਼ਨ ਰੋਮ ਉੱਤੇ ਤੁਸੀਂ ਟਿੱਕ ਲਗਾ ਦੋਗੇ ਜਿਹੜਾ ਬਾਇਸ ਡਾਟਾ ਹੈ ਜਾਂ ਫਰਮਵੇਅਰ ਟਰਮ ਆਵੇ ਇਕ ਬਾਇਸ ਟਰਮ ਆਵੇ ਤੇ ਕਾਵਰੀ ਟਰਮ ਆਵੇ ਫਰਮਵੇਅਰ ਤਾਂ ਜਿਹੜੀਆਂ ਟਰਮਸ ਨੇ ਬੇਟਾ ਇਹਦਾ ਲਿੰਕ ਹੈਗਾ ਰੋਮ ਦੇ ਨਾਲ ਬਹੁਤ ਫੇਮਸ ਹੈ ਬਲੇ ਟਰਮਸ ਨੇ ਤੇ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆ ਵੀ ਚੁੱਕਿਆ ਨੇ ਡੇ ਠੀਕ ਹੈ ਨਾ ਨੈਕਸਟ ਤਾਂ 22 ਦੀ ਫੁੱਲ ਫਾਰਮ ਆਸਕ ਲਈ ਨੈਕਸਟ ਕੁਸ਼ਣ ਦੇ ਜਿਹੜੀ ਮੈਂ ਹੁਣੀ ਬੋਲੀ ਸੀਗੀ ਬੇਸਿਕ ਇਨਪੁਟ ਆਉਟਪੁਟ ਸਿਸਟਮ ਇਹ 22 ਦੀ ਫੁੱਲ ਫਾਰਮ ਹੈ ਬਹੁਤ ਫੇਮਸ ਹੈ ਵੀ ਬਹੁਤ ਵਾਰੀ ਐਗਜ਼ਾਮ ਚ ਆ ਚੁੱਕੀ ਹੈ ਨੈਕਸਟ ਵਰਚੁਅਲ ਮੈਮਰੀ ਇਸ ਤਾਂ ਵਰਚੁਅਲ ਮੈਮਰੀ ਕਹਿੰਦਾ ਕੀ ਹੁੰਦੀ ਆ ਅਸਲ ਦੇ ਜੇ ਮੈਮਰੀ ਔਨ ਦੀ ਹਾਰਡ ਡਿਸਕ ਦੈਟ ਦੀ ਸੀਪੀਯੂ ਯੂਜ਼ਸ ਐਨ ਐਕਸਟੈਂਡਡ ਰੈਮ ਇੱਕ ਜਿਹੜੀ ਵਰਚੁਅਲ ਮੈਮਰੀ ਕੀ ਹੁੰਦੀ ਹੈ ਬੇਸਿਕਲੀ ਇੱਕ ਹਾਰਡ ਡਿਸਕ ਦੇ ਵਿੱਚ ਮੈਮਰੀ ਹੁੰਦੀ ਹੈ ਬਟ ਇੱਕ ਤਰ੍ਹਾਂ ਨਾਲ ਆਪਾਂ ਨੂੰ ਇਹ ਲੱਗਦਾ ਵੀ ਐਕਸਟੈਂਡਡ ਰੈਮ ਹੋਈ ਪਈ ਹੈ ਜਦ ਕਿ ਹੁੰਦੀ ਹੈ ਕਿਦੇ ਚਾਹ ਹਾਰਡ ਡਿਸਕ ਦੇ ਵਿੱਚ ਤਾਂ ਇਹਨੂੰ ਆਪਾਂ ਵਰਚੁਅਲ ਰੈਮ ਕਹਿੰਦੇ ਤਾਂ ਇਹ ਮੈਂ ਸਿੱਧੀ ਡੈਫੀਨੇਸ਼ਨ ਹੀ ਲਿਖਤੀ ਸੀਗੀ ਓਕੇ 96 ਕੁਐਸਚਨ ਆਪਾਂ ਨੇ ਡਿਸਕਸ ਹੋ ਚੁੱਕੇ ਨੈਕਸਟ ਦੇਖੋ 97th ਕੁਐਸਚਨ ਕੈਸ਼ ਮੈਮਰੀ ਐਕਟ ਬਿਟਵੀਨ ਤਾਂ ਜਿਹੜੀ ਕੈਸ਼ ਮੈਮਰੀ ਆ ਬੇਸਿਕਲੀ ਇਹ ਕਿੱਥੇ ਹੁੰਦੀ ਹੈ ਆ ਜੇ ਤੁਹਾਡਾ CPU ਹੈਗਾ ਆ ਜੇ ਤੁਹਾਡੀ ਮੇਨ ਮੈਮਰੀ RAM ਹੈਗੀ ਆ ਬੇਟਾ ਤਾਂ ਵਿੱਚ ਘਾਰ ਕੀ ਹੁੰਦਾ ਆਪਣਾ ਕੈਸ਼ ਹੁੰਦਾ ਕੈਸ਼ ਮੈਮਰੀ ਹੁੰਦੀ ਹੈ ਕਿਉਂਕਿ ਜਿਹੜਾ ਜਿਹੜਿਆ ਵੀ ਇਨਸਟਰਕਸ਼ਨ ਤੁਸੀਂ ਅਗੇਨ ਐਂਡਗੇਨ ਯੂਜ਼ ਕਰੀ ਜਾਂਦੇ ਉਹ ਕੈਸ਼ ਦੇ ਵਿੱਚ ਹੁੰਦੀਆਂ ਨੇ ਉਸ ਤੋਂ ਬਾਅਦ ਜੇ ਕੈਸ਼ ਵਿੱਚ ਡਾਟਾ ਨਹੀਂ ਮਿਲਦਾ ਤਾਂ ਫਿਰ ਕੰਪਿਊਟਰ RAM ਵੀ ਜਾਂਦਾ ਜੇ RAM 'ਚ ਨਹੀਂ ਮਿਲਦਾ ਫਿਰ ਫਿਰ ਕੰਪਿਊਟਰ ਜਿਹੜਾ ਹੈਗਾ ਡਾਟਾ ਕਿੱਥੇ ਚਲਾ ਜਾਂਦਾ ਆਪਣਾ ਹਾਰਡ ਡਿਸਕ ਵਿੱਚ ਚਲਾ ਜਾਂਦਾ ਹੁੰਦਾ ਤਾਂ ਦੈਟਸ ਵਾਈ ਜਿਆਦਾ ਸਪੀਡ ਮੇਨਟੇਨ ਕਰਨ ਦੇ ਲਈ ਕੈਸ਼ ਹੋਣੀ ਜ਼ਰੂਰੀ ਹੈ ਤੇ ਕੈਸ਼ ਦਾ ਸਾਈਜ਼ ਵੀ ਡਿਪੈਂਡ ਕਰਦਾ ਹੈ ਇਸ ਕੰਪਿਊਟਰ ਦੀ ਸਪੀਡ ਵਾਸ ਕਰਨ ਦੇ ਲਈ ਓਕੇ ਨੈਕਸਟ which of the following has the fastest access time ਤਾਂ ਸਭ ਤੋਂ ਜਿਹੜਾ ਫਾਸਟੈਸਟ ਅਕਸੈਸ ਟਾਈਮ ਹੈ ਜਿਹੜੇ ਮਤਲਬ ਬਹੁਤ ਜਲਦੀ ਡਾਟਾ ਨੂੰ ਸੇਵ ਕਰਦਾ ਤੇ ਬਹੁਤ ਜਲਦੀ ਡਾਟਾ ਨੂੰ ਰਿਟ੍ਰਾਈਵ ਕਰਦਾ ਹੈ ਤਾਂ ਆਪਣੇ ਸੈਮੀ ਕੰਡਕਟਰ ਮੈਮਰੀਜ਼ ਹੁੰਦੀਆਂ ਨੇ ਜਿਵੇਂ RAM ਤੇ ROM ਆਪਾਂ ਕਹਿ ਦਿੰਦੇ ਆ ਇਹ ਫਾਸਟ ਮੈਮਰੀਜ਼ ਹੁੰਦੀਆਂ ਨੇ ਐਜ਼ ਕੰਪੇਅਰ ਟੂ ਸੈਕੰਡਰੀ ਸਟੋਰੇਜ ਡਿਵਾਈਸਿਜ਼ ਓਕੇ ਨੈਕਸਟ অক্সਿਲਰੀ ਮੈਮਰੀਜ਼ ਆਲਸੋ ਕਾਲਡ ਐਜ਼ ਯੂ نو ਵੈਰੀ ਵੈਲ ਆਪਣੇ ਕੋਲ ਦੋ ਮੈਮਰੀਜ਼ ਸੀਗੀਆਂ ਇੱਕ ਮੇਨ ਮੈਮਰੀਜ਼ ਸੀਗੀ ਇੱਕ ਆਪਣੇ ਕੋਲ ਆਪਾਂ ਕਹਿੰਦੇ ਆ ਪ੍ਰਾਇਮਰੀ ਮੈਮਰੀ ਇੱਕ ਸੈਕੰਡਰੀ ਪ੍ਰਾਇਮਰੀ ਨੂੰ ਆਪਾਂ ਨੇ ਮੇਨ ਬੋਲਿਆ ਸੀਗਾ ਇਸ ਸਕੈਂਡਰੀ ਨੂੰ ਆਪਾਂ ਨੇ অক্সਲਰੀ ਮੈਮਰੀ ਬੋਲਿਆ ਸੀਗਾ ਤਾਂ অক্সਲਰੀ ਮੈਮਰੀ ਕਿਹੜੀ ਹੈ ਗਿਆ ਸਕੈਂਡਰੀ ਮੈਮਰੀ ਤਾਂ ਸੀ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਓਕੇ ਨੈਕਸਟ 100 ਕੁਐਸਚਨ ਦੇਖੋ removable disk is also called as ਤਾਂ removable disk ਜਿਹੜੀ ਹੁੰਦੀ ਹੈ ਬੇਟਾ ਉਹ ਇਹਨਾਂ ਵਿੱਚ ਕਿਹੜੀਆਂ ਫਲੈਸ਼ ਡਰਾਈਵਜ਼ ਹੁੰਦੇ ਨੇ ਜਿਵੇਂ ਪੈਨ ਡਰਾਈਵ ਹੋ ਗਿਆ ਮੈਮਰੀ ਕਾਰਡ ਹੋ ਗਿਆ ਇਹ इजीली ਕਿ ਨੇ ਰਿਮੂਵੇਬਲ ਨੇ ਦੈਟਸ ਵਾਈ ਇਹਨੂੰ ਆਪਾਂ ਰਿਮੂਵੇਬਲ ਬੋਲਦੇ ਆ ਤਾਂ ਫਲੈਸ਼ ਡਿਸਕ ਡਰਾਈਵਜ਼ ਦੇ ਉੱਤੇ ਬੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਓਕੇ ਨੈਕਸਟ ਮੋਸ ਸਟੈਂਡਸ ਫੋਰ ਤਾਂ ਐਮ ਓ ਐਸ ਮੈਟਲ ਆਕਸਾਈਡ ਸੈਮੀ ਕੰਡਕਟਰ ਇਹ ਫੁੱਲ ਫਾਰਮ ਬਹੁਤ ਜ਼ਿਆਦਾ ਵਾਰ ਐਗਜ਼ਾਮ ਚ ਆਈ ਹੋਈ ਹੈ ਵੀ ਮੋਸ ਐਮ ਓ ਐਸ ਆਪਾਂ ਕਿਸ ਨੂੰ ਬੋਲਦੇ ਆ ਮੈਟਲ ਆਕਸਾਈਡ ਸੈਮੀ ਕੰਡਕਟਰ ਨੂੰ ਬੋਲਦੇ ਆ ਨੈਕਸਟ ਫੁੱਲ ਫੋਰਮ ਕਹਿੰਦਾ ਸੀਮੋਸਸ ਸਟੈਂਡਸ ਫੋਰ ਤਾਂ ਸੀਮੋਸ ਟਰਮ ਵੀ ਬਹੁਤ ਫੇਮਸ ਹੈ ਇਹਨੂੰ ਆਪਾਂ ਕੰਪਲੀਮੈਂਟਰੀ ਮੈਟਲ ਆਕਸਾਈਡ ਸੈਮੀ ਕੰਡਕਟਰ ਬੋਲਦੇ ਆ ਇਹ ਵੀ ਕੁਐਸਚਨ ਬਹੁਤ ਫੇਮਸ ਹੈ ਦਾ ਸੀਬੋਸ ਦੀ ਫੁੱਲ ਫਾਰਮ ਕੰਪਲੀਮੈਂਟਰੀ ਆਪਣੀ ਮੈਟਲ ਆਕਸਾਈਡ ਸੈਮੀ ਕੰਡਕਟਰ ਹੁੰਦੀ ਹੈ ਓਕੇ ਨੈਕਸਟ 103rd ਕੁਐਸਚਨ ਦੇਖੋ ਹੁਣ which is a fast main memory and a slow peripheral memory handled by system software to so kehdi memory hai jehdi fast main memory te so slow peripheral memory handled by systems or so, da virtual memory hunde so, da b option virtual de utte tusi tick laga doge kyuki virtual memory vi so, extended ram hundi hai te hundi peripheral jehnu so, apa hard disk wagaira bol dende ha ta e virtual memory hundi hai next ਰਾਈਟ ਥਰੂ ਟੈਕਨੀਕ ਇਜ਼ ਯੂਜ਼ਡ ਇਨ ਵਿਚ ਮੈਮਰੀ ਫॉर ਅਪਡੇਟਿੰਗ ਦੀ ਡਾਟਾ ਜੇ ਆਪਾਂ ਨੇ ਅਪਡੇਟਿੰਗ ਡਾਟਾ ਕਰਨਾ ਹੋਵੇ ਤਾਂ ਰਾਈਟ ਥਰੂ ਟੈਕਨੀਕ ਆਪਾਂ ਯੂਜ਼ ਕਰਦੇ ਆ ਕੈਸ਼ ਮੈਮਰੀ ਦੇ ਵਿੱਚ ਤਾਂ ਡੀ ਆਪਸ਼ਨ ਕੈਸ਼ ਮੈਮਰੀ ਦੇ ਉੱਤੇ ਆਪਾਂ ਟਿਕ ਲਗਾ ਦਾਂਗੇ ਨੈਕਸਟ ਵਿਚ ਆਫ ਦੀ ਫਾਲਿੰਗ ਕੰਪਿਊਟਰ ਮੈਮਰੀਜ਼ ਇਜ਼ ਕੈਰੈਕਟਰਾਈਜ਼ਡ ਬਾਈ ਲੋ ਕੋਸਟ ਪਰ ਬਿਟ ਸਟੋਰਡ ਤਾਂ ਯੂ نو ਵੈਰੀ ਵੈਲ ਲੋ ਕੋਸਟ ਓਵੇ ਪਰ ਬਿਟ ਤਾਂ ਇਹ ਸਭ ਤੋਂ ਘੱਟ ਜਿਹੜੀਆਂ ਹੁੰਦੀਆਂ ਨੇ ਆਪਟੀਕਲ ਡਿਵਾਈਸ ਜਿਵੇਂ ਸੀਡੀਏ ਦੇ ਵਿੱਚ ਹੁੰਦੇ ਨੇ ਤਾਂ ਉਹ ਕਿਹੜੇ ਡਿਵਾਈਸ ਨੇ ਸੈਕੰਡਰੀ ਸਟੋਰੇਜ ਡਿਵਾਈਸਸ ਨੇ ਤਾਂ ਦੈਟਸ ਵਾਈ ਤੁਸੀਂ ਬੀ ਆਪਸ਼ਨ ਸੈਕੰਡਰੀ ਸਟੋਰੇਜ ਦੇ ਉੱਤੇ ਤੁਸੀਂ ਟਿੱਕ ਲਗਾ ਸਕਦੇ ਹੋ ਓਕੇ ਨੈਕਸਟ ਵਿਚ ਆਫ ਦੀ ਫਾਲਿੰਗ ਮੈਮਰੀ ਇਸ ਕੈਪेबल ਆਫ ਆਪਰੇਟਿੰਗ ਐਟ ਇਲੈਕਟ੍ਰੋਨਿਕ ਸਪੀਡ ਤਾਂ ਇਹਨੇ ਕਹਿੰਦਾ ਕਿਹੜੀ ਮੈਮਰੀ ਹੈ ਜਿਹੜੀ ਇਲੈਕਟ੍ਰੋਨਿਕਸ ਫਿਰਮ ਉਹ ਬਹੁਤ ਫਾਸਟ ਹੋਵੇ ਤਾਂ ਆਪਾਂ ਪਹਿਲਾਂ ਵੀ ਆਇਆ ਜਾਂ ਕੁਐਸਚਨ ਕਰ ਸਕਦੇ ਦੇਖੋ ਬਟਾ ਸੇਮ ਸੇਮ ਜੇ ਕੁਐਸਚਨ ਨੇ ਥੋੜੇ ਜੇ ਬਟਾ ਲੈਂਗੁਏਜ ਡਿਫਰ ਡਿਫਰੈਂਟ ਕਰ ਦਿੰਦੇ ਨੇ ਤਾਂ ਬੱਚੇ ਨਾ ਕਈ ਵਾਰ ਐਗਜ਼ਾਮ ਚ ਉਲਝੀ ਜਾਂਦੇ ਹੁੰਦੇ ਨੇ ਕਨਫਿਊਜ਼ ਹੁੰਦੇ ਨੇ 댓ਸ ਵਾ ਹਰ ਕੁਐਸਚਨ ਐਗਜ਼ਾਮ ਆਪਣੀ ਨੋਟਸ ਜੇ ਲਿਖਵਾ ਲਿਖਿਆ ਹੋਇਆ ਵੀ ਤਾਂ ਜੋ ਬੇਟਾ ਤੁਸੀਂ ਅੱਛੇ ਨੋਟਸ ਬਣਾਓ ਲਿਖੋ ਸਭ ਕੁਝ ਤੇ ਯੂਨੀਕ ਸਟੂਡੈਂਟਸ ਬਣੋ ਜਿੰਨੇ ਯੂਨੀਕ ਸਟੂਡੈਂਟਸ ਬਣੋਗੇ ਉਹਨਾਂ ਨੂੰ ਗਵਰਨਮੈਂਟ ਜੋ ਪੈਲਾ ਮਿਲੇਗੀ ਇਸ ਲਾਕਡਾਊਨ ਪੀਰੀਅਡ ਦੇ ਵਿੱਚ ਆਪਣੀ ਪ੍ਰੈਪਰੇਸ਼ਨ ਨੂੰ ਬਹੁਤ ਬੈਸਟ ਰੱਖੋ ਮੈਂ ਵੀਡੀਓਜ਼ ਅਪਲੋਡ ਕਰਦਾ ਹੁੰਦਾ ਤਾਂ ਵੀਡੀਓਜ਼ ਨੂੰ ਦੇਖੋ ਬੇਟਾ ਹਰ ਟਾਪਿਕ ਬਹੁਤ ਇਗਜ਼ਾਮ ਦੇ ਲਈ ਇੰਪੋਰਟੈਂਟ ਹੈ ਤੁਸੀਂ ਇਹ ਨਾ ਸੋਚੋ ਵੀ ਸਾਡਾ ਇਗਜ਼ਾਮ ਕਿਹੜਾ ਹੈਗਾ ਹਰ ਜੇ ਤੁਸੀਂ ਐਗਜ਼ਾਮ ਦੇ ਵਿੱਚ ਬੈਠੇ ਹੋ ਤਾਂ ਤੁਹਾਨੂੰ ਹਰ ਟੌਪਿਕ ਆਉਣਾ ਚਾਹੀਦਾ ਹੈ। ਦੈਟਸ ਵਾਈ ਤੁਹਾਡਾ ਹਰ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਐਗਜ਼ਾਮੀਨਰ ਦਾ ਕੁਝ ਨਹੀਂ ਪਤਾ ਹੈਗਾ ਵੀ ਕਿਸ ਟੌਪਿਕ ਤੋਂ ਵੀਡੀਓ ਚੱਕ ਲਵੇ। ਦੈਟਸ ਵਾਈ ਹਰ ਟੌਪਿਕ ਨੂੰ ਆਪਣੀ ਕਾਪੀ ਦੇ ਉੱਤੇ ਨੋਟ ਕਰੋ। ਇਹ ਤਾਂ ਕੰਪਿਊਟਰ ਸੈਕਸ਼ਨ ਹੈ। ਆਪਣੇ ਹਰ ਐਗਜ਼ਾਮ ਦੇ ਲਈ ਪੰਜਾਬ ਦੇ ਲਈ ਹੋਵੇ ਚਾਹੇ ਕੋਈ ਵੀ ਸੈਂਟਰ ਲੈਵਲ ਦਾ ਐਗਜ਼ਾਮ ਹੋਵੇ ਤਾਂ ਉਹਨਾਂ ਲਈ ਤਾਂ ਬਹੁਤ ਇੰਪੋਰਟੈਂਟ ਹੁੰਦਾ ਹੈ ਇਹ। ਠੀਕ ਹੈ ਨੈਕਸਟ ਮੈਗਨੈਟਿਕ ਟੇਪ ਕੈਨ ਸਰਵ ਐਜ਼ ਤਾਂ ਮੈਗਨੈਟਿਕ ਟੇਪ ਜਿਹੜੀ ਹੁੰਦੀ ਹੈ ਯੂ نو ਵੈਰੀ ਵੈਲ ਦੇਖੋ ਰੈਮ ਤੇ ਰੋਮ ਹੀ ਪ੍ਰਾਇਮਰੀ ਮੈਮਰੀਜ਼ ਨੇ ਬਾਕੀ ਸਾਰੇ ਕੀ ਹੁੰਦੇ ਨੇ ਸੈਕੰਡਰੀ ਮੈਮਰੀਜ਼ ਹੁੰਦੀਆਂ ਨੇ ਤਾਂ ਸੈਕੰਡਰੀ ਸਟੋਰੇਜ ਡਿਵਾਈਸ ਵੀ ਹੈਗਾ ਇਨਪੁਟ ਮੀਡੀਆ ਤੇ ਆਊਟਪੁਟ ਮੀਡੀਆ ਤੇ ਸੈਕੰਡਰੀ ਸਟੋਰੇਜ ਮੀਡੀਆ ਤਾਂ ਆਲ ਆਫ ਦੀ ਅਬਵ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਤਾਂ ਆਲ ਆਫ ਦੀ ਅਬਵ ਹੈ ਕਿਉਂਕਿ ਇਨਪੁਟ ਐਕਟ ਕਰਦਾ ਹੈ ਆਊਟਪੁਟ ਮੀਡੀਆ ਦੀ ਤਰ੍ਹਾਂ ਵੀ ਐਕਟ ਕਰਦਾ ਹੈ ਕਿਉਂਕਿ ਜਦੋਂ ਰਾਈਟ ਕਰਾਂਗੇ ਆਪਾਂ ਇਨਪੁਟ ਮੀਡੀਆ ਹੋ ਜਾਂਦਾ ਹੈ ਜਦੋਂ ਆਪਾਂ ਇਹ ਤੋਂ ਡਾਟਾ ਚੱਕਾਂਗੇ ਤਾਂ ਆਉਟਪੁੱਟ ਮੀਡੀਆ ਤਰ੍ਹਾਂ ਵਰਕ ਕਰੇਗਾ ਫਿਰ ਇਹ ਉਸ ਤੋਂ ਬਾਅਦ ਇਹ ਸਟੋਰੇਜ ਵੀ ਕਹਦਾ ਡਾਟਾ ਨੂੰ ਸਟੋਰ ਕਰੀ ਫਿਰਦਾ ਤਾਂ ਹਨਾ ਆਲ ਆਫ ਦੀ ਅਬਵ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਵਿਚ ਆਫ ਦੀ ਫੋਲੋਇੰਗ ਇਜ਼ ਅ ਸਕੈਂਡਰੀ ਮੈਮਰੀ ਡਿਵਾਈਸ ਤਾਂ ਇਹਨੇ ਕਹਿੰਦਾ ਕਿਹੜੀ ਸਕੈਂਡਰੀ ਮੈਮਰੀ ਡਿਵਾਈਸ ਹੈਗੀ ਤਾਂ ਆਬਵੀਅਸ ਗੱਲ ਹੈ ਡਿਸਕ हार्ड डिस्क फ्लॉपी डिस्क है ना मैगनैटिक डिस्क सारे की डिस्क ने कि स्टोरेज डिवाइसेस ने कॉम्पैक्ट डिस्क है ना तो यह सारे की ने डिजिटल वर्साटाइल डी डिजिटल वर्साटाइल डिस्क ये सारियाँ की ने स्टोरेज डिवाइस ने दैट्स वाई बी ऑप्शन देते टिक लगा दोगे नैक्सट ਹਾਊ ਮੈਨੀ ਰਾਈਟ ਸਾਈਕਲਸ ਆਰ ਅਲਾਉਡ ਟੂ ਈ ਈ ਪੀ ਰੋਮ ਤਾਂ ਜਿਹੜਾ ਇਲੈਕਟ੍ਰੀਕਲ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ ਹੁੰਦੀ ਆ ਉਸ ਦੇ ਵਿੱਚ 1000 ਆਪਣੇ ਕੀ ਹੁੰਦੇ ਨੇ ਰਾਈਟ ਸਾਈਕਲ ਹੁੰਦੇ ਨੇ ਤਾਂ 1000 ਰਾਈਟ ਸਾਈਕਲ ਹੁੰਦੇ ਨੇ ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਓਕੇ ਨੈਕਸਟ ਇਫ ਇਨ ਆ ਕੰਪਿਊਟਰ 16 ਬਿਟਸ ਆਰ ਯੂਜ਼ਡ ਟੂ ਸਪੈਸੀਫਾਈ ਐਡਰੈਸਸ ਇਨ ਆ ਰੈਮ ði ਨੰਬਰ ਆਫ ਐਡਰੈਸਿਸ ਵਿਲ ਬੀ ਤਾਂ ਜੇ ਨੰਬਰ ਆਫ ਐਡਰੈਸਿਸ ਹੁੰਦੇ ਨੇ ਬੇਟਾ ਉਹ 2^16 ਹੁੰਦੇ ਨੇ ਤਾਂ ਇਹ ਇਹ 2^16 ਕਿੰਨੇ ਹੁੰਦੇ ਨੇ 65536 ਹੁੰਦਾ ਇਹਨੂੰ ਤੁਸੀਂ 64kb ਕਹਿ ਸਕਦੇ ਆ ਤਾਂ 올 ਆਫ ðiਸ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਕਿਉਂਕਿ ਜਿੰਨੇ ਆਪਣੇ ਕੋਲ ਆਪਣੇ ਕੋਲ 16 ਬਿਟ ਦੀ ਜਿਹੜਾ ਐਡਰੈਸ ਹੈਗੀ ਆ ਤਾਂ ਆਪਣੇ ਕੋਲ 2^16 ਨਵੇਂ ਆਪਣੇ ਕੋਲ ਨੰਬਰ ਆਫ ਐਡ्रेसेस ਬਣ ਜਾਣਗੇ ਤਾਂ 2 ਰੇਸ ਟੂ ਪਾਵਰ 16 ਕਿੰਨਾ ਹੁੰਦਾ ਹੈ 65536 ਹੁੰਦਾ ਠੀਕ ਹੈ ਧੀਰ ਨੈਕਸਟ ਦੀ ਨੰਬਰ ਆਫ ਰਿਕਾਰਡਸ ਕੰਟੇਨਡ ਵਿਦਿਨ ਅ ਬਲੋਕ ਆਫ ਡਾਟਾ ਔਨ ਮੈਗਨੇਟਿਕ ਟੇਪ ਇਜ਼ ਡਿਫਾਈਨਡ ਬਾਈ ਦੀ ਤਾਂ ਜਿਹੜਾ ਵੀ ਹੈਗਾ ਬੇਟਾ ਆਪਣਾ ਨੰਬਰ ਆਫ ਰਿਕਾਰਡਸ ਆਪਾਂ ਵਿਦਿਨ ਅ ਬਲੋਕ ਆਫ ਡਾਟਾ ਔਨ ਮੈਗਨੇਟਿਕ ਟੇਪ ਡਿਫਾਈਨ ਕਰਦਾ ਹੈ ਬਲੋਕਿੰਗ ਫੈਕਟਰ ਦੇ ਨਾਲ ਤਾਂ ਸੀ ਆਪਸ਼ਨ ਬਲੌਕਿੰਗ ਫੈਕਟਰ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਓਕੇ ਨੈਕਸਟ ਦੇਖੋ ਕੁਐਸਚਨ ਵਿਚ ਆਫ ਦੀ ਮੋਸਟ ਪੋਪੂਲਰ ਮੀਡੀਅਮ ਫॉर ਡਾਇਰੈਕਟ ਅਸੈਸ ਸੈਕੰਡਰੀ ਸਟੋਰੇਜ ਆਫ ਅ ਮੈਗਨੈਟ ਆਫ ਅ ਕੰਪਿਊਟਰ ਤਾਂ ਤੇ ਆਹਨਾਂ ਦੇਖੋ ਵਾਟ ਇਜ਼ ਸੈਕੰਡਰੀ ਸਟੋਰੇਜ ਕਿ ਹੈ ਤੇ ਡਾਇਰੈਕਟ ਅਸੈਸ ਕਿ ਹੈ ਤਾਂ ਤੁਹਾਨੂੰ ਪਤਾ ਹੁੰਦਾ ਮੈਂ ਪਹਿਲਾਂ ਡਿਸਕਸ ਕਰ ਚੁੱਕਾ ਜਿਹੜੀ ਮੈਗਨੇਟਿਕ ਟੇਪ ਹੁੰਦੀ ਹੈ ਉਹ ਸਿਕੁਐਂਸ਼ੀਅਲ ਅਕਸੈਸ ਹੁੰਦੀ ਹੈ ਮਤਲਬ ਪਹਿਲਾ Song ਪਲੇ ਹੋਗਾ ਉਸ ਤੋਂ ਬਾਅਦ ਸੈਕਿੰਡ ਉਸ ਤੋਂ ਬਾਅਦ ਥਰਡ ਬਟ ਜਿਹੜੀ ਮੈਗਨੇਟਿਕ ਡਿਸਕ ਹੁੰਦੀ ਹੈ ਜਿਵੇਂ ਕਿ ਆਪਾਂ ਹਾਰਡ ਡਿਸਕ ਕਹਿੰਦੇ ਆ ਜਿਹੜੀ ਮਰਜ਼ੀ ਫਾਈਲ ਜਿਹੜਾ ਮਰਜ਼ੀ Song ਆਪਾਂ ਪਲੇ ਕਰ ਸਕਦੇ ਆ ਤਾਂ ਮੈਗਨੇਟਿਕ ਡਿਸਕ ਡਾਇਰੈਕਟ ਅਕਸੈਸ ਸੈਕੰਡਰੀ ਸਟੋਰੇ ਡਿਵਾਈਸ ਹੈ ਤਾਂ ਦੈਟਸ ਵਾਈ ਆਪਾਂ B ਆਪਸ਼ਨ ਦੇ ਉੱਤੇ ਟਿੱਕ ਲਗਾ ਦਾਂਗੇ RAM ਤੇ ROM ਤਾਂ ਆਪਣੇ ਕੋਲ ਆਪਸ਼ਨ ਬਣ ਹੀ ਨਹੀਂ ਸਕਦੇ ਕਿਉਂਕਿ ਉਹਨੇ ਪੁੱਛਿਆ ਕਿ ਆਪਣੇ ਕੋਲ ਸੈਕੰਡਰੀ ਸਟੋਰੇ ਪੁੱਛੀ ਹੈ RAM ਤੇ ROM ਤਾਂ ਆਪਣੇ ਕੋਲ ਪ੍ਰਾਇਮਰੀ ਮੈਮਰੀ ਸਟੋਰੇ ਡਿਵਾਈਸਸ ਹੁੰਦੀਆਂ ਨੇ ਠੀਕ ਹੈ ਨੈਕਸਟ ਦੀ ਡਾਟਾ ਓਨ ਦੀ ਟਰੈਕਸ ਉਹ ਨਾ ম্যাগਨੇਟਿਕ ਡਿਸਕ ਆ ਰਿਟਨ ਐਸ ਤਾਂ ਜਿਹੜੀਆਂ ম্যাগਨੇਟਿਕ ਡਿਸਕ ਹੁੰਦੀਆਂ ਨੇ ਉਹਨਾਂ 'ਚ ਜਿਹੜਾ ਵੀ ਡਾਟਾ ਲਿਖਿਆ ਜਾਂਦਾ ਉਹ ਟਾਈਨੀ ম্যাগਨੇਟਿਕ ਸਪੌਟਸ ਦੇ ਉੱਤੇ ਲਿਖਿਆ ਜਾਂਦਾ ਹੁੰਦਾ ਠੀਕ ਹੈ ਨਾ ਤਾਂ ਇਸ ਤਰੀਕੇ ਨਾਲ ਹੁੰਦੀ ਹੈ ਆਪਣੇ ਕੋਲ ਜੋ ਵੀ ਹੁੰਦੇ ਨੇ ਤਾਂ ਇਸ ਨੂੰ ਆਪਾਂ ਟਾਈਨੀ ਸਪੌਟਸ ਜਿਹਾ ਕਹਿੰਦੇ ਨੇ ਇਹਨਾਂ ਦੇ ਵਿੱਚ ਡਾਟਾ ਅਵੇਲੇਬਲ ਕੀਤਾ ਜਾਂਦਾ ਹੁੰਦਾ ਠੀਕ ਹੈ ਤਾਂ ਇਸ ਨੂੰ ਆਪਾਂ ਟਾਈਨੀ ম্যাগਨੇਟਿਕ ਸਪੌਟਸ ਬੋਲਦੇ ਹੈਗੇ ਆ ਨੈਕਸਟ ਵਿਚ ਸਟੋਰੇਜ ਡਿਵਾਈਸ ਇਜ਼ ਮਾਊਂਟਨਡ ਔਨ ਰੀਲ ਤਾਂ ਰੀਲ ਦੇ ਉੱਤੇ ਕਿਹੜੀ ਸਟੋਰੀ ਡਿਵਾਈਸ ਹੁੰਦੀ ਹੈ ਮੈਗਨੇਟਿਕ ਟੇਪ ਤਾਂ ਸੀ ਆਪਸ਼ਨ ਮੈਗਨੇਟਿਕ ਟੇਪ ਦੇ ਉੱਤੇ ਟਿਕ ਲਾ ਦੋਗੇ ਇਹ ਰੀਲਸ ਦੇ ਉੱਤੇ ਮਾਉਂਟ ਕੀਤੀ ਹੁੰਦੀ ਹੈ ਓਕੇ ਨੈਕਸਟ 15th ਕੁਐਸਚਨ ਦੇਖੋ ਵਿਚ ਕਾਈਂਡ ਆਫ ਸਟੋਰੇਜ ਡਿਵਾਈਸ ਕੈਨ ਬੀ ਕੈਰੀਡ ਅਰਾਊਂਡ ਮਤਲਬ ਕਿਹੜੀ ਡਿਵਾਈਸ ਹੈ ਜਿਹੜੀ ਆਪਾਂ ਚੱਕ ਕੇ ਇੱਕ ਪਲੇਸ ਤੋਂ ਦੂਜੀ ਪਲੇਸ ਤੇ ਲੈ ਕੇ ਜਾ ਸਕਦੇ ਆ दैट इज द इजीली ਆਪਣੀ ਫਲੋਪੀ ਡਿਸਕ ਕਿਉਂਕਿ ਜਿਹੜਾ ਹਾਰਡ ਡਿਸਕ ਹੁੰਦਾ ਉਹ ਤਾਂ ਕੰਪਿਊਟਰ ਦੇ ਵਿੱਚ ਹੁੰਦੀ ਆ ਬਟ ਫਲੋਪੀ ਡਿਸਕ इजीली ਕੈਰੀ ਕਰ ਸਕਦੇ ਆਪਾਂ ਵਨ ਪਲੇਸ ਤੋਂ ਸੈਕਿੰਡ ਪਲੇਸ ਤੱਕ ਓਕੇ ਨੈਕਸਟ ਵਟ ਇਜ਼ ਦੀ ਨੇਮ ਆਫ ਦੀ ਰਿਕਾਰਡ ਲਾਈਕ ਆਬਜੈਕਟ ਵਿਚ ਇਜ਼ ਕੋਟਡ ਵਿਦ ਦਾ ਮੈਗਨੈਟਿਕ ਮਟੀਰੀਅਲ ਐਂਡ ਇਜ਼ ਯੂਜ਼ਡ ਫੋਰ ਸਟੋਰਿੰਗ ਡਾਟਾ ਇਨ ਅ ਕੰਪਿਊਟਰ ਤਾਂ ਉਹ ਕਿਹੜਾ ਕਿਹੜਾ ਆਬਜੈਕਟ ਹੈ ਜਿਸ ਦੇ ਵਿੱਚ ਡਾਟਾ ਨੂੰ ਰਿਕਾਰਡ ਕੀਤਾ ਹੁੰਦਾ ਵਿਚ ਇਜ਼ ਕੋਟਡ ਵਿਦ ਮੈਗਨੈਟਿਕ ਮਟੀਰੀਅਲ ਤਾਂ ਉਹ ਡਿਸਕ ਹੁੰਦੀ ਹੈ ਤਾਂ ਉਹ ਕੀ ਹੁੰਦਾ ਬੇਟਾ ਡਿਸਕ ਹੁੰਦੀ ਹੈ ਤਾਂ ਸੀ ਆਪਸ਼ਨ ਡਿਸਕ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਨੈਕਸਟ ਸਟੋਰੇਜ ਮੀਡੀਆ ਸਚ ਐਸ ਅ ਸੀਡੀ ਰੀਡ ਐਂਡ ਰਾਈਟ ਇਨਫੋਰਮੇਸ਼ਨ ਇਸ ਯੂਜ਼ਿੰਗ ਤਾਂ ਯੂ نو ਵੈਰੀ ਵੈਲ ਜਿਹੜੀ ਸੀਡੀ ਹੁੰਦੀ ਹੈ ਕੰਪੈਕਟ ਡਿਸਕ ਹੈਗਾ ਆਪਾਂ ਨੇ ਥਿਊਰੀ ਦੇ ਵਿੱਚ ਲਿਖਿਆ ਸੀਗਾ ਵੀ ਜਿਹੜੀ ਸੀਡੀ ਹੈ ਉਹ ਇੱਕ ਆਪਟੀਕਲ ਡਿਵਾਈਸ ਹੈ ਤਾਂ ਆਪਟੀਕਲ ਹੋਣ ਕਰਕੇ ਲਾਈਟ ਦੇ ਲਾਈਟ ਨੂੰ ਫੋਲੋ ਕਰੇਗੀ ਤਾਂ ਲਾਈਟ ਨੂੰ ਜੇ ਫੋਲੋ ਕਰ ਰਹੀ ਹੈ ਤਾਂ ਲੇਜ਼ਰ ਬੀਮ ਦਾ ਯੂਜ਼ ਕਰੇਗੀ ਲੇਜ਼ਰ ਬੀਮ ਆਫ ਰੈਡ ਲਾਈਟ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਤਾਂ ਏ ਆਪਸ਼ਨ ਦੇ ਉੱਤੇ ਆਪਾਂ ਟਿੱਕ ਲਗਾ ਦਾਂਗੇ ਓਕੇ ਨੈਕਸਟ ਦੀ ਸੈਂਟਰਲ ਪਾਰਟ ਆਫ ਦੀ ਡਿਸਕ ਇਜ਼ ਨੋਨ ਹੈ ਤਾਂ ਡਿਸਕ ਦਾ ਜਿਹੜਾ ਸੈਂਟਰਲ ਪਾਰਟ ਹੁੰਦਾ ਬੇਟਾ ਉਹਨੂੰ ਆਪਾਂ ਹੱਬ ਬੋਲਦੇ ਆ ਤਾਂ ECU ਵੀ ਹੱਬ ਬੋਲਦੇ ਜਿਹੜਾ ਸੈਂਟਰਲ ਪਾਰਟ ਹੁੰਦਾ ਹੈ ਡਿਸਕ ਦਾ ਨੈਕਸਟ ਪੁਆਇੰਟ ਕਪੈਸਿਟੀ ਆਫ ਹਾਰਡ ਡਿਸਕ ਇਜ਼ ਮੇਜ਼ਰਡ ਇਨ ਤਾਂ ਜਿਹੜੀ ਹਾਰਡ ਡਿਸਕ ਦੀ ਕਪੈਸਿਟੀ ਹੁੰਦੀ ਹੈ ਉਹਨੂੰ ਆਪਾਂ ਬੇਟਾ ਜੀਬੀ ਦੇ ਵਿੱਚ ਮੇਜ਼ਰ ਕਰਦਾ ਹੈ ਗੀਗਾਬਾਈਟਸ ਦੇ ਤੁਸੀਂ ਵੀ ਦੇਖੋ ਬੇਟਾ ਚਾਹੇ ਅੱਜ ਤੋਂ 10 ਸਾਲ ਪਹਿਲਾਂ ਵੀ ਕੰਪਿਊਟਰ ਪਰਚੇਸ ਕੀਤਾ ਸੀਗਾ ਤਾਂ ਉਹ ਪੁੱਛਦੇ ਕਿੰਨੀ ਹਾਰਡ ਡਿਸਕ ਲੈਣੀ ਹੈ ਤਾਂ ਆਪਾਂ ਬੋਲਦੇ ਸੀਗੇ ਆਪਾਂ ਕਹਿ ਦਿੰਦੇ ਆ 512 ਜੀਬੀ ਦੀ ਹਾਰਡ ਡਿਸਕ ਬੋਲ ਦਿੰਦੇ ਆ ਆਪਾਂ ਕਹਿ ਦਿੰਦੇ ਆ 64 ਜੀਬੀ ਦੀ ਹਾਰਡ ਡਿਸਕ ਚਾਹੀਦੀ ਆਪਾਂ ਨੂੰ ਤਾਂ ਇਹ ਜੀਬੀ ਦੇ ਵਿੱਚ ਹੁੰਦੀ ਆ ਹਾਰਡ ਡਿਸਕ ਹਮੇਸ਼ਾ ਓਕੇ ਨੈਕਸਟ the most common storage device for the personal computer ਇਸ ਦਾ ਸਭ ਤੋਂ ਕਾਮਨ ਜਿਹੜੀ ਸਟੋਰੇਜ ਡਿਵਾਈਸ ਹੈ ਉਹ ਬੇਸਿਕਲੀ ਆਪਣੇ ਕੋਲ ਜਿਹੜੀ ਹੁੰਦੀ ਹੈ ਉਹ ਤਾਂ ਆਪਣੇ ਅੰਦਰਲੇ ਪਾਸੇ ਜਿਹੜੇ ਕੰਪਿਊਟਰ ਦੇ ਤੇ ਸਟੋਰੇਜਵੇਂ ਰੈਮ ਹੋ ਗਿਆ ਜਾਂ ਆਪਾਂ ਕਹਿੰਦੇ ਹਾਰਡ ਡਿਸਕ ਤਾਂ ਇਹਦੇ ਚ ਆਪਸ਼ਨ ਨਹੀਂ ਹੈਗਾ ਤਾਂ ਦੈਟਸ ਵਾਈ ਨਨ ਆਫ ਥੀਸ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਓਕੇ ਤਾਂ ਲਾਸਟ ਕੁਐਸਚਨ ਦੀ thick rigid metal platters that are capable of storing retrieving information at a high rate of speed ਤੋ ਕਿਹੜੇ ਥਿੱਕ ਰਿਜਿਡ ਮੈਟਲ ਪਲੇਟਸ ਨੇ ਜਿਨ੍ਹਾਂ ਦੇ ਡਾਟਾ ਪਾਸ ਸਟੋਰ ਕਰ ਸਕਦੇ ਤੇ ਫਾਸਟਲੀ ਆਪਾਂ ਰਿਟ੍ਰਾਈਵ ਕਰ ਸਕਦੇ ਆ ਤਾਂ ਉਸ ਨੂੰ ਆਪਾਂ ਹਾਰਡ ਡਿਸਕ ਹੀ ਬੋਲਦੇ ਆ ਤਾਂ ਏ ਆਪਸ਼ਨ ਹਾਰਡ ਡਿਸਕ ਦੇ ਤੁਸੀਂ ਟਿੱਕ ਲਗਾ ਦੋਗੇ ਤਾਂ ਇਸ ਦੇ ਨਾਲ ਆਪਣੇ 121 ਕੁਐਸਚਨ ਡਿਸਕਸ ਹੋ ਚੁੱਕੇ ਨੇ 3 ਪਾਰਟਸ ਦੇ ਵਿੱਚ ਜੇਕਰ ਥੋਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਪਲੀਜ਼ ਅੱਗੇ ਆਪਣੇ ਫਰੈਂਡਸ 'ਤੇ ਸ਼ੇਅਰ ਕਰੋ ਕਿਉਂਕਿ ਤਾਂ ਜੋ ਮੈਨੂੰ ਵੀ ਮੋਟੀਵੇਸ਼ਨ ਮਿਲ ਸਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਵੀ ਕਰੋ ਵੀਡੀਓ ਨੂੰ ਤੇ ਕਮੈਂਟ ਸੈਕਸ਼ਨ ਚ ਜਾ ਕੇ ਕਮੈਂਟ ਵੀ ਕਰਿਆ ਕਰੋ ਵੀ ਤਾਂ ਜੋ ਮੈਨੂੰ ਮੋਟੀਵੇਸ਼ਨ ਮਿਲ ਸਕੇ ਥੈਂਕ ਯੂ एवरीवन